मेरे वालों तुम्हारा सारे प्यार भाई सत श्रीकाल वेलकम बैक टू माई चैनल ब्राड ब्लॉग्स। और थोड़ा सरदा की हाल चाल, उम्मीद करता सारे ठीक हो ठीक रहना। तो पसीना आ गया जी, असं आए सब्जी मंडी। मेरा नाम भाई मनदीप। भाई किवें आ? ठीक है वीरे। लवप्रीत जसपाल वीरे किवें आ? की लै रहे हैं? हाँ खरीदन लगे हैं। सॉरी मिस्टेक है। और वीडियो एंड तक जरूर देखना, लाइक जरूर करना जी, हो सकता शेयर भी कर देना। जो चैनल के नवे सबसक्राइब करना ना भूलो, तो चैनल सबसक्राइब जरूर करना। थैंक यू। सो ये मुझे सब्जी लै रहे हैं गुरद्वारा साहब लई। तो लंगर कराया जी 26 तरीक ने सुबह, तो ले रहे हैं। तो देखो मनीला की सब्जी मंडी वधिया गजरा नहीं, इंडिया वांग बनी है ना, पक्का जगाड़ ना पक्या पैना। ये फिर आना जो तोड़ते कह दें बात, आप कह दें बात आप कह के सार देंगे। कई समान ले लिया काफी, मिलते हैं अगले स्टोर के उत्तर ही लेनी गोभी। गोभी की गल कर गए 150 कहता है, मैं 140 से मनिया, उत्थे जाने फिर उत्थे करते कंटिन्यू। और भाई तू आ गए हाल? ठीक है जी, बहुत बढ़िया जी। हाँ ठीक है। हाँ जी हाँ। की कहना करोना फिर पाया सर? हाँ करोने ने पूरा असर पाता भाई, बहुत औखे हैं। बहुत औखा ना, बड़ा लो पीता। हाँ भाई गोभी स्टोर से आ गई, मुंडे ले रहे गोभी। किन्ने नु कहिंदा है? अलापा तो बॉस ही है। ओ मखाना किलो गोभी ना बॉस है? बड़ा बॉस। तू किन्ने नु कहिंदा आप? 140 कहिंदा है पहला नु। हां 140 लाओ। है की 20 किलो है? ਜੀਸ਼ਨ ਨੂੰ ਕਿਹਨੂੰ ਟੈਕਸਟ ਬੁੱਕ ਕਰ ਲਾ, ਫੋਨ ਲਾ ਲਾ ਇਹਨੂੰ, ਕਹਿੰਦੇ ਬੋਸ ਨੂੰ ਫੋਨ ਲਾ ਲਾ। ਸੋਏ ਮੁੰਡਾ ਕਹਿ ਰਿਹਾ ਵੀ ਮੈਂ ਡਿਸੀਜਨ ਲੈ ਸਕਦਾ, ਜਿਹੜਾ ਮੇਰਾ ਮਾਲਕ ਆ ਉਹ ਹੈ ਨਹੀਂਗਾ ਇੱਥੇ। 140 ਨੂੰ ਅਸੀਂ ਕਹਿੰਦੇ ਸੀ, ਇਹਨੂੰ 150 ਮੰਗਦਾ, ਹੁਣ ਦੇਖਦੇ ਕੀ ਬਣਦਾ। ਸਬਜ਼ੀ ਮੰਡੀ 'ਚ ਪਹਿਲਾਂ ਤਾਂ ਬਹੁਤ ਭੀੜ ਹੁੰਦੀ ਸੀ ਨਾ ਭਾਈ, ਹੁਣ ਕਰੋਨਾ ਕਰਕੇ ਹੁਣ ਤਾਂ ਖਾਲੀ ਪਈਆਂ ਗੱਲਾਂ। ਖਾਲੀ ਹਾਂ, ਸਬਜ਼ੀ ਵੀ ਉਹਨੀ ਹੈ ਨਹੀਂ ਹੈ ਨਾ। ਨਾ ਨਾ ਸਬਜ਼ੀ ਮਾੜੀ ਆ, ਗੋਭੀ ਆ ਨਹੀਂ ਕਿਨੇ ਕੇ ਫੁੱਲ ਆ। ਹਾਂ ਸ਼ਿਮਲਾ ਮਿਰਚ ਲੈ ਲਓ ਫਿਰ। शिमला मिर्च लै लो, भिंडी भी लैनी है, आलू लैने, गंढे लैने, बहुत समान लैना। शिमला मिर्च देखो जी के शिमला मिर्च 6 किलो प्लास्टिक अगले स्टोर से मिल रही पूरी भाई मेरे खाना मिर्च हो गया 2 किलो चले हो जाता इना गैस गलत फलत हो जाता रही हम लैन लगे गोभी गोभी तो वधिया भाई लो जी देख लो गोभी है चुन चुन के पाला जिनी मिलती उन्नी लैना वो खराब हो पलो सब्जी मंडी का दर्शन कर लो फिर सब्जी मंडी पहले फुल होंगे जी पिंपल का बदल जाने पूरी भीड़ होंगी चुन चुना करके थोड़ी जी हदायत इतने तो ये कैप दे रही पै जी ना मुंडे ने लेना समान मेरा भी आप पाता बैग प्लास्टिक कहीं भाई भारी है 12 भाई ਕਿੱਥੇ ਆ ਆ ਦੇ ਉੱਪਰ ਆ ਜਮਾ ਪਿਆਜ 12 ਕਿਲੋ ਇਹ 85 ਕਿ ਨਹੀਂ ਮੈਂ 80 ਲੈ ਲਾ ਹਣ ਸਾਬੇ 85 ਰੁਪਏ ਕਿਲੋ ਕਹਿੰਦੀ ਆ ਹਾਂ ਦੇਖ ਲੈਣਾ ਫਿਰ ਚਲੋ ਜੀ 85 ਕਿ ਨਹੀਂ ਮੈਂ 80 ਲੈ ਲੈਣਾ ਭਾਰ ਆ ਯਾਰ ਮੈਂ ਤਾਂ ਨਾ ਰੱਖ ਦਈਏ ਕਿਤੇ ਨਾ ਕਿਤੇ ਮੈਂ ਕਹਿੰਦਾ ਬਾਲਾ ਪਾਰ ਨਹੀਂ ਹੋ ਗਿਆ ਭਾਈ ਨਾ ਉਹ ਮੇਰਾ ਉਹ ਮੇਰੀ ਬਾਹ ਦੂਜੀ ਆ ਨਾ ਪਰ ਉਹ ਜਿਹਦੇ ਆਪਰੇਸ਼ਨ ਹੋਇਆ ਕੋਈ ਨਹੀਂ ਕੋਈ ਨਹੀਂ ਹੋਣਾ ਤਾਂ ਕੀ ਚੀਕ ਪੈਣੀ
ਟਮਾਟਰ ਕਿੰਨੇ ਲੈਣੇ ਆ? ਇੱਥੇ ਲਿਖਿਆ ਹੋਵੇ ਟਮਾਟਰ ਵੀ 6 ਕਿਲੋ ਲੈ ਲਈਏ। ਹਾਂ ਲੈ ਲਓ ਵੀਰੇ, ਨਹੀਂ ਲਾਲ ਜਿਹਾ ਲੈ, ਜਿਵੇਂ ਉਹ ਪਏ ਹੋਗੇ ਉਹ ਲਾਲ ਜੀ ਆਵੇ ਓਕਰਾ ਭਿੰਡੀਆਂ ਪਈਆਂ। ਮੁੰਡੇ ਹੁਣ ਲੈਣਗੇ ਭਿੰਡੀ, ਕਿੰਨੇ ਦਾ ਕਹਿੰਦੇ ਪੈਕਟ ਇਹ? ਕਿੰਨੇ ਦਾ ਲਗੇ ਮੋਪਾ ਮੁੰਡਾ? ਲਓ ਆਪਾਂ ਟੱਪ ਜਾਣਾ 6 ਕਿਲੋ ਬਣ ਜਾਣੀ ਆ। ਕਿੰਨੇ ਦਾ ਲਾਭ ਕਹਿੰਦੇ ਭਿੰਡੀਆਂ ਦਾ ਪੈਕਟ? 30 ਰੁਪਿਆਂ ਦਾ। 30 ਕਿੰਨੇ ਕਿਲੋ? ਇੱਕ ਚ 5 ਕਿਲੋ ਪੂਰਾ ਹੋ ਗਿਆ ਸੀਗਾ। ਫਿਰ ਤਾਂ ਠੀਕ ਆ, ਠੀਕ ਆ ਪੂਰਾ, ਆਪਾਂ ਨੂੰ 5 ਹੀ ਚਾਹੀਦਾ। ਹਾਂਜੀ ਹਾਂਜੀ, ਉਹ ਕਹਿੰਦੇ ਹਨ ਸੀਗੇ ਆਹ ਤੱਬੇ ਮੁੰਨੇ ਹਨ ਦੱਸ ਲਓ ਕੋਈ ਨੀ। ਲੈ ਲਾ ਲੈ ਲਾ ਲਫਾਫੇ ਨਾਲ ਕਿਹੜਾ ਭਾਰ ਵਾਜੂ ਯਾਰ, ਪੂਰੇ ਹੱਥ ਪੂਰੇ ਆ ਜਾਂਦਾ ਤੇ ਵੀਡੀਓ ਤੇ ਥੋੜੀ ਪਰੇਸ਼ਾਨੀ ਹੋਊਗੀ ਤੁਹਾਨੂੰ। ਹੱਥ ਹੁੱਥ ਮੂਰੇ ਆ ਜਾਂਦੇ, ਬੰਦੇ ਮੂਰੇ ਆ ਜਾਂਦੇ, ਬੰਦੇ ਦਾ ਇੱਕ ਸ਼ਕਲਾਂ ਨਹੀਂ ਦੇਖਦੇ, ਇਹ ਵੀ ਪਰੇਸ਼ਾਨੀ ਆ। ਮਾਸਕ ਪਾ ਕੇ ਰਹਿਣਾ ਪੈਂਦਾ ਤੁਹਾਨੂੰ ਪਤਾ ਤੇ, ਨਹੀਂ ਤਾਂ ਇੱਥੇ ਬਾਵਲ ਆ ਜਾਣੀ ਕਿ ਆ ਨਹੀਂ ਸਕਦਾ। ਮਨਾ 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 ਹਾਂ, ਉਹ ਗਾਂ ਟਮਾਟਰ ਬਾਉ ਕੇ ਲੈ ਕੇ ਲਾ, ਉੱਥੋਂ ਲੈ ਲੈਣੇ 90 ਰੁਪਏ ਹੋ ਗਏ। ਆ ਜਾਓ ਬਈ, ਚਲੋ ਜੀ ਚੱਕੋ ਜੀ ਗੋਭੀ ਆਪਦੀ। ਹਾਂ ਦੇਖੋ ਮੁੰਡਿਆਂ ਕੋਲ ਪਲਾਸਟਿਕ ਫੜ ਲਿਆ ਆਪਾਂ ਆਪਣੇ ਜਾ ਰਹੇ ਹਾਂ ਜੀ। ਇਹਨੂੰ ਨਾ ਕੋਈ ਝਮੱਟ ਮਾਰ ਕੇ ਲੈ ਜੇ, ਹੈ ਨਾ ਹੈ ਨਾ ਲਾਪਰੀ ਦਾ ਫਾਇਦਾ ਵੀ ਡਾਲਿਆਂ ਨੂੰ ਕੋਈ ਝਮੱਟ ਮਾਰ ਕੇ ਲੈ। ਪਾਲ ਗਿਆ ਸਹੀ ਗੱਲ ਹੈ, ਇਹ ਚ ਵੀ ਪਾਲ ਗਿਆ, ਪਾਲ ਪਾਲ ਵਧੀਆ ਪਏ ਹੁਣ। ਪਾ ਦੇ ਟਮਾਟਰ ਇਹਨੂੰ ਕਹਿੰਦਾ ਨਿੰਨਾ ਕਿਲੋ, ਕਿੰਨੇ ਕਿੰਨੇ ਬਾਓ ਹੈ? ਚਲ ਹੁਣ ਲੈ ਲਾ ਉਹਨੂੰ, ਚਿਰ ਨੂੰ ਕਹਿ ਦੇ ਜਾ ਜਾਇਆ ਭਾਜਾ। ਦੇਖੋ ਮੰਡੀ ਦਾ ਹਾਲ, ਘਰ ਘੁਰ ਤਾਂ ਇੱਥੇ ਇੱਥੇ ਵੀ ਸਹੀ ਆ। ਉਹਨੂੰ ਵਧੀਆ ਫਿਲਪੀਨ ਵੀ ਦਿਖਾਵਾਂਗੇ, ਹੌਲੀ ਹੌਲੀ ਦਿਖਾਵਾਂਗੇ, ਲੋਕਡਾਊਨ ਖੋਲ ਲਿਆ। ਉਹ ਜ਼ਿਆਦਾ ਵਧੀਆ ਗਿਆ ਨਾ, ਚੱਲ ਆਇਆ ਫਿਰ ਉੱਧਰ ਆਏ ਗਾਹ। ਚਲੋ ਇੱਥੇ ਸਾਡਾ ਰੇਟ ਨਹੀਂ ਬਣਿਆ, ਹੁਣ ਗਾਹ ਚੱਲਦੇ ਟਮਾਟਰ ਲੈਣ। ਹੁਣ ਇਹਦਾ ਵੀਡੀਓ ਕੱਟ ਕੱਟ ਕੇ ਕਿੰਨੇ ਤਾਂ ਕਹਿੰਦੀ ਇਹ? 60 ਰੁਪਏ ਕਿਲੋ। ਠੀਕ ਆ ਫਿਰ ਲਾਲ ਜਿਹਾ ਲੈਣਾ ਵਧੀਆ। ਹੋਰ ਬਾਈ ਪਹਿਲੀ ਵਾਰ ਆਇਆ ਇੱਥੇ ਮਾਰਕੀਟ 'ਚ? ਬਾਈ ਇੱਥੇ ਪਹਿਲੀ ਵਾਰ ਆਇਆ ਬਾਈ। ਕਿਵੇਂ ਰਿਹਾ ਐਕਸਪੀਰੀਅੰਸ? ਐਕਸਪੀਰੀਅੰਸ ਵਧੀਆ ਵੀਰੇ, ਬਹੁਤ ਸਾਰੀ ਚੋਇਸ ਆ ਗਈ ਅਤੇ ਆਪਸ਼ਨ ਬਹੁਤ ਆ, ਸਸਤਾ ਸਮਾਨ ਆ ਬਹੁਤ ਆ, ਫਰਕ ਆ ਆਪਣੇ ਘਰ ਘਰਾਂ ਕੋਲੋਂ ਨਾ, ਬਹੁਤ ਬਹੁਤ ਫਰਕ ਆ। ਦੇਖ ਲਓ ਸਟੋਰ ਜੇ ਜ਼ਿਆਦਾ ਸਮਾਨ ਲਵਾਂ ਤਾਂ ਅੱਗੇ ਦਾ ਫਰਕ ਪੈ ਜਾਣਾ। ਕਿਵੇਂ? 40 ਰੁਪਏ ਆਲੂ। ਆਲੂ ਚੱਲ ਲੈ ਲਓ ਫਿਰ, ਲੈਣਾ ਹੀ ਆ। ਉਹ ਗੱਟਾ 20 ਕਿਲੋ ਦਾ, 10 ਕਿਲੋ ਦਾ ਨਹੀਂ ਮਿਲਦਾ? ਆਹ ਗੰਢੇ ਵੀ ਲੈ ਲਿਆ ਜੀ, ਮੁੰਡਾ ਪਾਈ ਜਾਂਦਾ ਕਿਵੇਂ ਚਿੱਟਾ ਚਿੱਟਾ ਪਿਆ, ਚਾਈਨਾ ਵਾਲਾ ਜੀ। ਇੰਡੀਆ ਦਾ ਮਿਲਦਾ ਨਹੀਂ ਜੀ, ਇੱਥੇ ਸਮਾਨ ਚਾਈਨਾ ਦਾ ਹੀ ਆਉਂਦਾ। ਹੈਂ? ਨਹੀਂ ਲੋਕਲ ਆਇਆ ਤਾਂ ਫਿਲਪੀਨ ਦਾ, ਉਹਨੇ ਦੱਸਿਆ ਲੋਕਲ ਆ, ਕਹਿੰਦਾ ਚਾਹ ਪਾਣੀ ਲੋਕਲ। ਹਾਂ ਇੰਡੀਆ ਦੇ ਤਾਂ ਇਹੋ ਜਿਹੇ ਹੁੰਦੇ ਆ ਨਾ ਛੋਟੇ ਛੋਟੇ, ਨਹੀਂ ਆਪਣੇ ਹਾਈਬ੍ਰਿਡ ਆਏ ਹੁੰਦਾ ਬਹੁਤ ਵੱਡੇ, ਉਹ ਇਹ ਕੈਨੇਡਾ ਦੇ ਐਡੇ ਐਡੇ ਆ, ਹਾਈਬ੍ਰਿਡ ਹੋਣਗੇ, ਉਹ ਹਾਈਬ੍ਰਿਡ ਹੀ ਹੋਣਗੇ ਫਿਰ ਐਡੇ ਐਡੇ ਆ। ਠੀਕ ਆਹ ਸਾਡੇ ਸ਼ੋਪਕੀਪਰ ਆ, ਸਾਡੇ ਵੇਚ ਰਹੇ ਮੁੰਡਾ। ਅਸੀਂ ਲਾ ਰਹੇ ਹਾਂ, ਅਤੇ ਵਜ਼ੀਰ ਵੀ ਆ ਗਿਆ ਕੋਈ ਮੋਟਰ ਦਾ ਵਿੱਚ, ਉੱਥੇ ਸਾਡੇ ਮੋਟਰ ਖੜ੍ਹੇ ਉਹਨੂੰ ਵੇਚਣ, ਕੋਈ ਨਹੀਂ ਕਦੋਂ ਕਦਮ ਵਾਂਗੂ ਆ, ਪਤਾ ਨਹੀਂ ਚੀਜ਼ ਕੀ ਆ ਰਹੀ। ਹੁਣ ਭਰੀ ਆ ਮਾਰਕੀਟ ਥੋੜ੍ਹੀ ਜਿਹੀ, ਜਿਵੇਂ ਜਿਵੇਂ ਹਨੇਰਾ ਹੋ ਰਿਹਾ ਉਵੇਂ ਉਵੇਂ ਸ਼ਾਮ ਹੋ ਰਹੀ ਆ, ਉਵੇਂ ਮਾਰਕੀਟ ਵੱਧ ਰਹੀ ਆ। ਭਾਈ ਸਮਾਨ ਸਾਰਾ ਬਾਹਰ ਲਿਆਉਣ ਚੱਲੇ ਆ, ਭਾਈ ਮਨਦੀਪ ਨੂੰ ਆ ਲੈਂਦੇ, ਰੱਖ ਲੈ ਸਮਾਨ ਤੂੰ। ਸੋ ਇਹ ਸੀ ਮੰਡੀ ਲਈ ਸਬਜ਼ੀ ਮੰਡੀ ਜੀ, ਅਤੇ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਮੈਨੂੰ ਪਤਾ ਵੀਡੀਓ ਇੰਨੀ ਵਧੀਆ ਨਹੀਂ ਬਣੇਗੀ, ਹੈਲ ਜੁਲ ਹੁੰਦੀ ਰਹੀ ਆ, ਅਤੇ ਉਹਦੇ ਲਈ ਮਾਫੀ ਆ। ਵੀਡੀਓ ਪਸੰਦ ਤਾਂ ਲਾਈਕ ਕਰਨਾ ਅਤੇ ਵਧੀਆ ਕਮੈਂਟ ਕਰਨਾ, ਅਤੇ ਆਹ ਮੇਰੇ ਨਾਲ ਸੀ ਬਾਈ ਮਨਦੀਪ, ਲਵਪ੍ਰੀਤ, ਵੀਰਾ ਜਸਪਾਲ,
ਹੋਰ ਬਾਈ ਸਾਰੇ ਠੀਕ ਆ ਹਾਂਜੀ ਬਿਲਕੁਲ ਜੀ ਲਾਈਕ ਕਰਿਓ ਵੀਡੀਓ ਨੂੰ ਬਾਈ ਜੀ ਨੂੰ ਹਾਂ ਤੇ ਕਹਿ ਦਿਓ ਵੀ ਲਾਈਕ ਕਰਿਓ ਹਾਂ ਕਮੈਂਟ ਕਰਿਓ ਫਿਰ ਗਾਂ ਨੂੰ ਨਵੀਂ ਚੀਜ਼ ਦਿਖਾਵਾਂਗੇ ਜਿਵੇਂ ਤੁਸੀਂ ਕਹੋ ਉਵੇਂ ਦਿਖਾਵਾਂਗੇ ਹਾਂ ਨਾਲ ਸ਼ੇਅਰ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਫਿਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਸਬਸਕ੍ਰਾਈਬ ਹਾਂ ਤੇ ਸਟੇ ਸੇਫ ਤਦ ਤੱਕ ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ ਥੈਂਕ ਯੂ